ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਲਰਡੀ ਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਪੰਜਾਬ ਦੇ ਵਿੱਚ ਓਮੀਕਰੋਨ ਦਾ ਖਤਰਾ ਪਿਛਲੇ 11 ਦਿਨਾਂ ਦੇ ਵਿੱਚ 64 ਕਰੋਨਾ ਪੋਜ਼ਿਟਿਵ 16 ਦੀ ਮੌਤ ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਫਿਰ ਤੋਂ ਬਾਧ ਰਿਹਾ ਹੈ ਕਰੋਨਾ ਦੇ ਨਾਲ ਨਾਲ ਹੁਣ ਕੋਵਿਡ ਦੇ ਓਮਿਕਰੋਨ ਵੇਰੀਐਂਟ ਦਾ ਖਤਰਾ ਵੀ ਬਰਕਰਾਰ ਹੈ ਪਿਛਲੇ 11 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ 64 ਕਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹਦੇ باوجود ਸਰਕਾਰ ਰੋਜ਼ਾਨਾ ਟੈਸਟ ਕਰਵਾਉਣ ਦੇ ਟੀਚੇ ਪੂਰੇ ਨਹੀਂ ਕਰ پا ਰਹੀ ਉਸ ਤੋਂ ਬਾਅਦ ਅਗਲੀ ਖਬਰ ਸਿਰਫ ਇੱਕ ਮਿਸਡ ਕਾਲ ਤੇ ਘਰ ਆਵੇਗਾ LPG ਸਿਲੰਡਰ ਇਹ ਨੰਬਰ ਤੁਰੰਤ ਕਰ ਲਵੋ ਸੇਵ LPG ਗਾਕਾਂ ਦੇ ਲਈ ਕੰਮ ਦੀ ਖਬਰ ਹੈ ਜੇਕਰ ਤੁਸੀਂ ਵੀ ਰਸੋਈ ਗੈਸ ਬੁਕਿੰਗ ਕਰਨ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਹੁਣ ਰਸੋਈ ਗੈਸ ਸਿਲੰਡਰ ਨੰਬਰ ਬੁੱਕ ਕਰਨਾ ਚੁਟਕੀਆਂ ਦੀ ਖੇਡ ਹੈ ਤੇ ਹੁਣ ਗੈਸ ਸਿਲੰਡਰ ਦੇ ਲਈ ਤੁਸੀਂ ਸਿਰਫ ਇੱਕ ਮਿਸਡ ਕਾਲ ਕਰ ਦੇਣੀ ਹੈ ਤੇ ਐਲਪੀਜੀ ਸਿਲੰਡਰ ਤੁਹਾਡੇ ਦਰਵਾਜੇ ਤੇ ਹੋਵੇਗਾ ਜੀ ਹਾਂ ਦੋਸਤੋ ਅਸਲ ਵਿੱਚ ਇੰਡੀਅਨ ਆਇਲ ਨੇ ਆਪਣੇ ਗਾਹਕਾਂ ਨੂੰ ਇਹ ਸਰਵਿਸ ਦੇਣ ਦਾ ਵੱਡਾ ਭਰੋਸਾ ਦਿੱਤਾ ਹੈ ਇਹ ਨੰਬਰ ਕਰ ਲਵੋ ਸੇਵ ਆਈਓਐਲ ਸੀ ਨੇ ਆਪਣੇ ਐਲਪੀਜੀ ਗਾਹਕਾਂ ਨੂੰ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਆਈਓਸੀ ਨੇ ਮਿਸਡ ਕਾਲ ਦੇ ਲਈ ਨੰਬਰ ਵੀ ਦੱਸਿਆ ਹੈ 8454955555 ਹੈ ਇਸ ਤੇ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਸ ਨੰਬਰ ਤੇ ਕਾਲ ਕਰਨੀ ਹੈ ਤਾਂ IOC ਨੇ ਆਪਣੇ ਟਵੀਟ ਵਿੱਚ ਕਿਹਾ ਕਿ ਤੁਸੀਂ ਇਸ ਨੰਬਰ ਤੇ ਮਿਸਡ ਕਾਲ ਦੇ ਕੇ ਨਵਾਂ ਗੈਸ ਕਨੈਕਸ਼ਨ ਬੁੱਕ ਵੀ ਕਰਵਾ ਸਕਦੇ ਹੋ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦੇ ਲਈ ਗਾਹਕ ਨੂੰ ਕੋਈ ਵੀ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਅਗਲੀ ਵੱਡੀ ਖਬਰ ਆ ਰਹੀ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋ ਸਕਦੇ ਹਨ ਆਪ ਦੇ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ। ਨਿਹਾਂ ਦੋਸਤੋ ਪੰਜਾਬ ਦੇ ਵਿੱਚ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਅਜੇ ਵਿੱਚ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਪੂਰੇ ਜੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਪਰ ਆਮ ਆਦਮੀ ਪਾਰਟੀ ਤੋਂ ਇਸ ਵਾਰ ਲਗਾਤਾਰ ਪੁੱਛਿਆ ਜਾ ਰਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਉਮੀਦਵਾਰ ਵਿਅਕਤੀ ਕੌਣ ਹੋਵੇਗਾ ਪਿਛਲੇ ਲੰਬੇ ਸਮੇਂ ਤੋਂ ਇੱਕ ਨਾਮ ਲਗਾਤਾਰ ਚਰਚਾ ਦੇ ਵਿੱਚ ਹੈ ਉਹ ਹੈ ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਦੇ ਕਾਰਨ ਇਹ ਨਾਂ ਸਾਹਮਣੇ ਆਇਆ ਹੈ ਰਾਜੇਵਾਲ ਬਿਨਾਂ ਸ਼ੱਕ ਪੰਜਾਬ ਦੇ ਕਿਸਾਨਾਂ ਦੇ ਵੱਡੇ ਆਗੂ ਹਨ ਤੇ ਬਲਬੀਰ ਸਿੰਘ ਰਾਜੇਵਾਲ ਪਿਛਲੇ 1 ਸਾਲ ਤੋਂ ਦਿੱਲੀ ਦੇ ਬਾਹਰ ਬਾਹਰ ਬੈਠੇ ਕੇਂਦਰ ਸਰਕਾਰ ਦੇ ਨਾਲ ਹਰ वार्तालाਪ ਵਿੱਚ ਸ਼ਾਮਲ ਹੁੰਦੇ ਰਹੇ ਹਨ ਤੇ ਇੱਕ ਇੰਟਰਵਿਊ ਦੇ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਗੱਲ ਨੂੰ ਵੀ ਨਹੀਂ ਮੰਨਿਆ ਤੇ ਇਨਕਾਰ ਕਰਨ ਵਿੱਚ ਵੀ ਨਹੀਂ ਕਿਹਾ ਉਸ ਤੋਂ ਬਾਅਦ ਅਗਲੀ ਖਬਰ ਰਾਕੇਸ਼ ਟਕੈਤ ਜੀ ਹਾਂ ਦੋਸਤੋ ਕਿਸਾਨ ਅੰਦੋਲਨ ਕਰਕੇ ਪੂਰੀ ਦੁਨੀਆ ਦੇ ਵਿੱਚ ਛਾਈ ਹਨ ਰਾਕੇਸ਼ ਟਕੈਤ ਲੰਡਨ ਆਈਕਨ ਅਵਾਰਡ ਦੇ ਨਾਲ ਹੋਏ ਸਨਮਾਨਿਤ ਕਿਸਾਨ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੂੰ ਲੰਡਨ ਦੇ ਵਿੱਚ ਕਿ ਕਿਵੇਂ ਸਰੀ ਦੇ ਆਈਕਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਦਰਸਲ ਲੰਡਨ ਦੀ ਇਹ ਕੰਪਨੀ ਹਰ ਸਾਲ ਵਿਸ਼ੇ ਪੱਧਰ ਤੇ ਵੱਡੀ ਸ਼ਖਸੀਅਤ ਨੂੰ ਅਵਾਰਡ ਦੇ ਕੇ ਸਨਮਾਨਿਤ ਕਰਦੀ ਹੈ ਤੇ ਇਸ ਬਾਰ ਇਸ ਅਵਾਰਡ ਦੇ ਲਈ ਰਕੇਸ਼ ਟਕੈਤ ਦਾ ਨਾਮ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਅਗਲੀ ਖਬਰ ਪੀਐਮ ਮੋਦੀ ਨੇ ਕਰ ਦਿੱਤਾ ਵੱਡਾ ਐਲਾਨ ਬੈਂਕ ਡੁੱਬਿਆ ਤਾਂ 90 ਦਿਨਾਂ ਦੇ ਵਿੱਚ ਮਿਲੇਗਾ ਹੁਣ 5 ਲੱਖ ਹੁਣ ਬੈਂਕ ਖਾਤਾ ਧਾਰਕਾਂ ਨੂੰ ਉਹਨਾਂ ਦੇ ਜਮਾ ਪੈਸੇ ਤੇ 5 ਲੱਖ ਰੁਪਏ ਦੀ ਗਰੰਟੀ ਮਿਲੇਗੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਜਮਾ ਕਰਤਾ ਫਸਟ 5 ਲੱਖ ਰੁਪਏ ਦੀ ਸਮਾ ਬੱਧ ਜਮਾ ਰਾਸੀ ਬੀਮਾ ਪੁਗਤਾਨ ਦੀ ਗਰੰਟੀ ਵਿਸ਼ੇਤਕ ਸਮਾਗਮ ਨੂੰ ਸੰਬੋਧਨ ਕੀਤਾ ਤੇ ਇਸ ਪ੍ਰੋਗਰਾਮ ਦੇ ਵਿੱਚ ਪੀਐਮ ਮੋਦੀ ਨੇ ਕਹਿ ਕੇ ਅਜਰਾ ਦਿਨ ਦੇਖਦੇ ਲਈ ਬੈਂਕਿੰਗ ਖੇਤਰ ਅਤੇ ਦੇਖਦੇ ਕਰੋੜਾਂ ਬੈਂਕਾਂ ਖਾਤਾ ਧਾਰਕਾਂ ਦੇ ਲਈ ਮਹੱਤਵਪੂਰਨ ਦੈਨ ਅਦਾਕਿਆਂ ਤੋਂ ਚੱਲੀ ਆ ਰਹੀ ਵੱਡੀ ਸਮੱਸਿਆ ਕਿਵੇਂ ਹੱਲ ਹੋ ਸਕਦੀ ਹੈ ਅੱਜ ਦਾ ਦਿਨ ਇਹ ਗਵਾਹ ਬਣ ਰਿਹਾ ਹੈ ਪੀਐਮ ਮੋਦੀ ਨੇ ਕਿਹਾ ਹੈ ਕਿ ਪਹਿਲਾਂ ਜਿੱਥੇ ਬੈਂਕ ਤੋਂ ਬੰਦੇ ਕਾਰਨ ਪੈਸੇ ਵਾਪਸੀ ਦੀ ਕੋਈ ਵੀ ਸਮਾਂ ਸੀਮਾ ਨਹੀਂ ਹੁੰਦੀ ਸੀ ਹੁਣ ਸਾਡੀ ਸਰਕਾਰ ਨੇ ਇਸ ਨੂੰ 90 ਦਿਨਾਂ ਵਿੱਚ ਯਾਨੀ ਕਿ 3 ਮਹੀਨਾ ਦੇ ਅੰਦਰ ਲਾਜ਼ਮੀ ਕਰ ਦਿੱਤਾ ਹੈ ਤੇ ਕਾਨੂੰਨ ਵਿੱਚ ਸੋਧ ਕਰਕੇ ਇਹ ਹੋਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪੀਐਮ ਮੋਦੀ ਨੇ ਕਹਿ ਕੇ ਉਸ ਤੋਂ ਪਹਿਲਾਂ ਬੈਂਕ ਡੁੱਬਣ ਤੇ ਜਮਾ ਰਕਮ ਵਿੱਚੋਂ ਸਿਰਫ 50000 ਰੁਪਏ ਤੱਕ ਦੀ ਰਕਮ ਦੀ ਗਰੰਟੀ ਦਿੱਤੀ ਜਾਂਦੀ ਸੀ ਤੇ ਫਿਰ 1 ਲੱਖ ਵਧਾ ਕੇ ਕਰ ਦਿੱਤੀ ਗਈ ਜਾਨੀ ਕਿ ਜੇਕਰ ਬੈਂਕ ਡੋਬਦਾ ਸੀ ਤਾਂ ਜਮਾ ਕਰਤਾ ਨੂੰ 1 ਲੱਖ ਰੁਪਏ ਤੱਕ ਹੀ ਮਿਲਣ ਦੀ ਵਿਵਸਥਾ ਸੀ ਤੇ ਇਹ ਪੈਸਾ ਕਦੋਂ ਮਿਲੇਗਾ ਇਸ ਬਾਰੇ ਕੋਈ ਵੀ ਸਮਾਂ ਸੀਮਾ ਨਹੀਂ ਸੀ ਤੇ ਲੋਕਾਂ ਦੀ ਐਸਾ ਗੱਡ ਨੂੰ ਰਹਿ ਕੇ ਚਿੰਤਾ ਨੂੰ ਸਮਝਦੇ ਹੋਏ ਹੁਣ ਸਰਕਾਰ ਦੇ ਵੱਲੋਂ ਇਸ ਗਰੰਟੀ ਨੂੰ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਨੇ ਕਿਆ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ 1 ਲੱਖ ਤੋਂ ਵੱਧ ਜਮਾ ਕਰਤਮਾਂ ਦੇ ਸਾਲ ਤੋਂ ਫਸੇ ਹੋਏ ਪੈਸੇ ਵਾਪਸ ਮਿਲੇ ਹਨ ਅਗਲੀ ਵੱਡੀ ਖਬਰ ਆ ਰਹੀ ਆ ਪੀਐਸਈਬੀ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਲਿਆ ਇਹ ਫੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਬੇਮਿਸਾਲ ਯੋਗਤਾ ਵਾਲੇ ਵਿਦਿਆਰਥੀਆਂ ਦੇ ਲਈ ਦਸੰਬਰ 2021 ਦੇ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਟਰਮ ਬੰਨ ਦੇ ਪ੍ਰੀਖਿਆ ਸਕੂਲ ਪੱਧਰ ਤੇ ਕਰਵਾਈ ਜਾਵੇਗੀ ਸ਼ਨੀਵਾਰ ਨੂੰ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੂਕ ਨੇ ਦੱਸਿਆ ਹੈ ਕਿ ਉਮੀਦਵਾਰਾਂ ਦੇ ਲਈ ਪ੍ਰਸ਼ਨ ਪੱਤਰ ਦੀ ਰਚਨਾ ਰੈਗੂਲਰ ਉਮੀਦਵਾਰਾਂ ਦੇ ਲਈ ਨਿਰਧਾਰਤ ਪ੍ਰਸ਼ਨ ਪੱਤਰ ਦੀ ਬੰਤਰ ਦੇ ਅਨੁਸਾਰ ਰੱਖੀ ਜਾਵੇਗੀ ਤੇ ਪ੍ਰਸ਼ਨ ਪੱਤਰ ਤਿਆਰ ਕਰਨ ਦੇ ਲਈ ਬੋਰਡ ਦੀ ਵੈੱਬਸਾਈਟ ਤੇ ਪਹਿਲਾਂ ਹੀ ਦਿੱਕੇ ਲਿੰਕ ਤੇ ਕਲਿੱਕ ਕਰਕੇ ਪ੍ਰਸ਼ਨ ਬੈਂਕ ਤੋਂ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣਗੇ ਅਤੇ ਉੱਤਰ ਪੱਤਰਾਂ ਦੇ ਲਈ ਮਾਰਕਿੰਗ ਸਕੂਲ ਪੱਧਰ ਤੇ ਕੀਤੀ ਜਾਵੇਗੀ ਤੇ ਇਹਨਾਂ ਉਮੀਦਵਾਰਾਂ ਦੇ ਵਿਸ਼ੇ ਦੇ ਅਨੁਸਾਰ ਅੰਕ 29 ਦਸੰਬਰ ਤੱਕ ਸਕੂਲ ਲੌਗਨ ਤੇ ਆਨਲਾਈਨ ਅਪਲੋਡ ਕੀਤੇ ਜਾਣਗੇ ਤੇ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਅਨੁਸਾਰ ਇਸ ਸਾਲ ਵੀ ਬਲੱਖਣ ਯੋਗਤਾ ਸ਼੍ਰੇਣੀ ਅਧੀਨ 40% ਜਾਂ 40% ਤੋਂ ਵੱਧ ਪ੍ਰਦਿਆਰਥੀਆਂ ਦੀ ਪ੍ਰਕਿਆ ਸਕੂਲ ਪੱਧਰ ਤੇ ਕਰਵਾਈ ਜਾਵੇਗੀ ਤੇ ਮੁਖੀ ਸਕੂਲ ਜ਼ਿੰਮੇਵਾਰ ਹੋਵੇਗਾ ਉਸ ਤੋਂ ਬਾਅਦ ਅਗਲੀ ਖਬਰ ਹੁਣ ਜਿਆਦਾ ਜ਼ਮੀਨ ਰੱਖਣ ਵਾਲਿਆਂ ਦੀ ਖੈਰ ਨਹੀਂ ਸੀਲਿੰਗ ਦੀ ਹੱਦਬੰਦੀ ਨੂੰ ਲੈ ਕੇ ਸੀਐਮ ਚੰਨੀ ਨੇ ਮੰਗੀ ਰਿਪੋਰਟ ਜਿੱਥੇ ਆਏ ਦਿਨ ਪੰਜਾਬ ਦੇ ਸੀਐਮ ਚੰਨੀ ਨਵੇਂ ਵਾਅਦੇ ਕਰਦੇ ਨਜ਼ਰ ਆ ਰਹੇ ਹਨ ਤੇ ਉੱਥੇ ਹੀ ਪੰਜਾਬ ਦੇ ਵਿੱਚ ਸੀਲਿੰਗ ਦੀ ਹੱਦਬੰਦੀ ਤੋਂ ਵੱਧ ਜ਼ਮੀਨ ਰੱਖਣ ਵਾਲਿਆਂ ਤੇ ਨਾਥ ਕਸੰਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਹਦੇ ਚੱਲਦੇ ਹੋਏ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਮੋਰਚੇ ਦੇ ਲੀਡਰ ਸਾਹਿਬਾਨ ਦੇ ਨਾਲ ਮੀਟਿੰਗ ਹੋਈ ਸੀ ਮਿਆਸ ਮੀਟਿੰਗ ਦੇ ਵਜ੍ਹਾ ਮੁੱਖ ਮੰਤਰੀ ਜੰਨੀ ਨੇ ਪੰਜਾਬ ਲੈਂਡ ਰਿਫਾਰਮਰਜ਼ ਐਕਟ 272 ਦੇ ਤਹਿਤ ਸੀਲਿੰਗ ਦੀ ਹੱਦਬੰਦੀ ਤੋਂ ਬਾਅਦ ਜ਼ਮੀਨ ਰੱਖਣ ਵਾਲੇ ਮੈਂ ਮਾਲਕਾਂ ਦੀ ਰਿਪੋਰਟ ਤਿਆਰ ਕਰਨ ਨੂੰ ਲੈ ਕੇ ਪੇਸ਼ ਕਰਨ ਨੂੰ ਲੈ ਕੇ ਹੁਕਮ ਦਿੱਤੇ ਗਏ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਪੰਜਾਬ ਸਰਕਾਰ ਅਧਿయోగਪਤੀਆਂ ਤੇ ਕਾਰੋਬਾਰੀਆਂ ਨੂੰ ਦੇਣ ਲੱਗੀ ਖੁੱਲੇ ਗੱਫੇ ਦੇਸ਼ ਵਿਦੇਸ਼ ਵਿੱਚ ਅਧਿయోగਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦੇ ਲਈ ਸੁਖਾਂਦ ਮਹੌਲ ਮਹਈਆ ਕਰਵਾਉਣ ਅਤੇ ਸੂਬੇ ਦੇ ਵਿੱਚ ਵਪਾਰ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੇ ਐਲਾਨ ਕੀਤੇ ਹਨ ਲੁਧਿਆਣਾ ਵਿੱਚ ਕਰਵਾਏ ਗਏ ਦੋ ਦਿਨਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸਮੇਲਨ 2121 ਦੇ ਵਿੱਚ ਮੁੱਖ ਮੰਤਰੀ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਬੈਠ ਤੇ 40000 ਕੇਸਾਂ ਨੂੰ ਰੱਦ ਕਰਨ ਅਤੇ ਟੈਕਸ ਦੇ ਵਿੱਚ ਰਾਤ ਦੇਣ ਦੇ ਚਕੀਨੀ ਤੌਰ ਤੇ بڑا ਅਨਮੋਲ ਤੋਹਫਾ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਖਬਰ सीएमच ਜੰਨੀ ਦੇ ਵੱਲੋਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ 62 ਕਰੋੜ ਤੋਂ ਵੱਧ ਦੇ ਕਾਰਜਾ ਮੁਆਫੀ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਤਵਾਰ ਨੂੰ ਆਪਣੀ ਰਹਾਇਸ਼ ਦੇ ਵਿਖੇ ਪੰਜਾਬ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਬੈਤ ਨਿਗਮ ਦੇ 50000 ਰੁਪਏ ਤੱਕ ਦੇ ਕਾਰਜਾ ਮੁਆਫੀ ਦਾ ਸਰਟੀਫਿਕੇਟ ਬੰਦਨ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਮੰਤਰੀ ਚੰਨੀ ਨੇ ਕਹਿ ਕੇ ਸੂਬੇ ਤੇ ਲਾਪਾਤਰਿਆਂ ਨੂੰ ਵਿਸ਼ੇਸ਼ ਸਮਾਗਮ ਦੇ ਦੌਰਾਨ ਮੰਤਰੀਆਂ ਤੇ ਸਬੰਧਤ ਐਮਐਲਡੀ ਵੱਲੋਂ ਇਹ ਕਰਜਾ ਮਾਫੀ ਦਾ ਸਰਟੀਫਿਕੇਟ ਬਣੇ ਜਾਣਗੇ ਅਗਲੀ ਵੱਡੀ ਖਬਰ ਆ ਰਹੀ ਆ ਆਰਬੀਆਈ ਨੇ ਐਸ ਬੈਂਕ ਤੇ ਲਗਾਈ ਪਾਬੰਦੀ ਗਾਹਕ ਨਹੀਂ ਕਢਵਾ ਸਕਣਗੇ 10000 ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਮਹਾਰਾਸ਼ਟਰ ਦੇ ਅਹਿਮਦ ਗੜ ਵਿੱਚ ਸਤਤ ਨਗਰ ਅਰਬਰਨ ਕੂ ਆਰਪਰੇਟਾ ਬੈਂਕਾ ਲਿਮਟਿਡ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਇਸ ਤੋਂ ਬਾਅਦ ਬੈਂਕ ਦੇ ਗਾਹਕਾਂ ਦੇ ਲਈ ਵੱਡੀ ਸਮੱਸਿਆ ਖੜੀ ਹੋ ਗਈ ਹੈ ਕਿਉਂਕਿ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾਉਣ ਦੀ ਸੀਮਾ 10000 ਰੁਪਏ ਰੱਖੀ ਗਈ ਹੈ ਤੇ ਇਸ ਦਾ ਮਤਲਬ ਹੈ ਕਿ ਬੈਂਕ ਦੇ ਗਾਹਕ ਹੁਣ ਆਪਣੇ ਖਾਤੇ ਦੇ ਵਿੱਚੋਂ 10000 ਰੁਪਏ ਤੋਂ ਬਾਅਦ ਨਹੀਂ ਕੱਢ ਸਕਣਗੇ ਉਸ ਤੋਂ ਬਾਅਦ ਅਗਲੀ ਖਬਰ ਗਰੁੱਪ ਸੀਐਸ ਆਮਗਾ ਦੇ ਲਈ ਰੇਲਵੇ ਭਾਰਤੀ 10ਵੇਂ ਤੇ 12ਵੇਂ ਪਾਸ ਜਲਦੀ ਕਰੋ ਅਪਲਾਈ ਉਤਰੀ ਮਾਧ ਰੇਲਵੇ ਨੇ ਗਰੁੱਪ ਸੀ ਦੀਆਂ ਸਾਮੀਆਂ ਦੀ ਭਰਤੀ ਕੀਤੀ ਹੈ ਇਹਨਾਂ ਸਾਮੀਆਂ ਵੇਬ ਅਰਜੀ ਦੀ ਪ੍ਰਕਿਰਿਆ 26 ਨਵੰਬਰ 2021 ਤੋਂ ਚੱਲ ਰਹੀ ਹੈ ਤੇ ਉਮੀਦਵਾਰ ਇਹਨਾਂ ਸਾਮੀਆਂ ਦੇ ਲਈ ਰੇਲਵੇ ਭਰਤੀ 2021 ਅਧਿਕਾਰਤ ਵੈਬਸਾਈਟ rrci.pryj.org 'ਤੇ ਅਪਲਾਈ ਕਰ ਸਕਦੇ ਹਨ ਉਸ ਤੋਂ ਬਾਅਦ ਅਗਲੀ ਖਬਰ ਅਮਰੀਕਾ ਦੇ ਵਿੱਚ ਕਰੋਨਾ ਦੇ ਕਾਰਨ ਹਾਲਾਤ ਵਿਗੜਨ ਲੱਗੇ ਸਵਿਟਜ਼ਰਲੈਂਡ ਵਿੱਚ ਤਾਲਾਬੰਦੀ ਦੀ ਸਥਿਤੀ ਅਮਰੀਕਾ ਤੇ ਯੂਰਪੀ ਦੇਸ਼ਾਂ ਵਿੱਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵਧਦਾ ਜਾ ਰਿਹਾ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਵੇਰੀਐਂਟ ਓਮਿਕਰੋਨ ਦੇ ਕਾਰਨ ਸਥਿਤੀ ਵਿਗੜ ਰਹੀ ਹੈ ਤੇ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਹਸਪਤਾਲਾਂ ਤੇ ਮਰੀਜ਼ਾਂ ਦਾ ਬੋਧ ਇੰਨਾ ਜ਼ਿਆਦਾ ਵਧ ਗਿਆ ਕਿ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਭਾਰੀ ਕਮੀ ਹੋ ਚੁੱਕੀ ਹੈ ਤੇ ਮੈਸੀਗਨ ਵਿੱਚ ਪਿਛਲੇ 24 ਘੰਟਿਆਂ ਵਿੱਚ 11783 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਾਰ ਕੇ 235 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਹਦੇ ਨਾਲ ਹੀ ਇਥੋਂ ਦੇ ਇੰਡੀਆਨਾ ਸੂਬੇ ਵਿੱਚ ਪਿਛਲੇ 2 ਹਫ਼ਤੇ ਵਿੱਚ 49% ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ 15 ਦਸੰਬਰ ਤੋਂ ਸਫਰ ਹੋਵੇਗਾ ਮਹਿੰਗਾ ਕਿਸਾਨਾਂ ਦੇ ਧਰਨੇ ਚੌਗਦੇ ਟੂਲ ਟੈਕਸ ਵਿੱਚ 5% ਦੀ ਵਾਧਾ ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਕਿਸਾਨਾਂ ਦੇ ਧਰਨੇ ਚੌਗਦੇ ਹੀ ਲਾਡੋਬਾਲ ਸਨੇ ਪੰਜਾਬ ਦੇ ਟੂਲ ਟੈਕਸ ਸ਼ੁਰੂ ਹੋ ਜਾਣਗੇ ਲਾਡੋਬਾਲ ਟੂਲ ਪਲਾਜ਼ਾ ਦੇ ਧਰਨਾ ਲਗਾ ਕੇ ਬੈਠੇ ਕਿਸਾਨ 15 ਦਸੰਬਰ ਨੂੰ ਧਰਨਾ ਚੁੱਕਣਗੇ ਤੇ ਐਤ ਦੇ ਨਾਲ ਹੀ ਉੱਥੇ ਟੂਲ ਟੈਕਸ ਫਿਰ ਤੋਂ ਸ਼ੁਰੂ ਹੋ ਜਾਵੇਗਾ ਲਾਡੋਬਾਲ ਟੂਲ ਪਲਾਜ਼ਾ ਤੇ ਫਾਸਟ ਟੈਗ ਲੈਨ ਵੀ ਸ਼ੁਰੂ ਹੋਣਗੇ ਤੇ ਦੱਸਦੀ ਹੈ ਕਿ ਲਾਡੋਬਾਲ ਟੂਲ ਪਲਾਜ਼ਾ ਦੇ 22 ਲੇਨ ਸ਼ੁਰੂ ਹੋਵੇਗੀ ਤੇ NHAI ਨਵੇਂ ਟੂਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦੇ ਕਰਾਇ ਵਿੱਚ 5 ਫਿਸਰੀ ਵਾਦਾ ਕਰ ਦਿੱਤਾ ਹੈ ਤੇ ਟੂਲ ਪਲਾਜ਼ਾ ਦੇ ਜੀਐਮ ਸਰਪਰਾਜ ਖਾਨ ਨੇ ਦੱਸਿਆ ਕਿ NHAI ਵੱਲੋਂ ਹਜੇ ਪੱਤਰ ਜਾਰੀ ਕੀਤਾ ਜਾਣਾ ਇਸ ਤੋਂ ਬਾਅਦ ਟੂਲ ਪਲਾਜ਼ਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਹ ਵਾਅਦਾ ਅਗਸਤ 2022 ਤੱਕ ਜਾਰੀ ਰਹੇਗਾ